ਗੁੱਡ ਮਾਰਨਿੰਗ ਕਲਾਸ ਕਲਾਸ ਅੱਜ ਅਸੀਂ ਇੱਕ ਬਹੁਤ ਹੀ ਇੰਪੋਰਟੈਂਟ ਟੌਪਿਕ ਹੈ ਚੈਪਟਰ ਹੈ ਤੁਹਾਡਾ ਪ੍ਰੋਬੈਬਿਲਿਟੀ ਕਲੀਅਰ ਚੈਪਟਰ ਪ੍ਰੋਬੈਬਿਲਿਟੀ ਸ਼ੁਰੂ ਕਰ ਰਹੇ ਹਾਂ ਬਹੁਤ ਹੀ ਵਧੀਆ ਔਰ ਬਹੁਤ ਹੀ ਆਸਾਨ ਚੈਪਟਰ ਹੈ ਬਰੇ ਬੱਚੇ ਨੂੰ ਜਿਆਦਾ ਪਸੰਦ ਕਰਦੇ ਨੇ ਕਿਉਂਕਿ ਇਹ ਵੈਰੀ ਸਕੋਰਿੰਗ ਚੈਪਟਰ ਹੈ ਤੁਹਾਡਾ ਬਹੁਤ ਹੀ ਆਸਾਨ ਕੁਐਸਚਨਸ ਹੁੰਦੇ ਨੇ ਸੋ ਬੱਚੇ ਦਾ ਕਨਸੈਪਟ ਕੀ ਹੈ ਐਗਜ਼ਾਮਪਲ ਕਰਦੇ ਕਰਦੇ ਤੁਹਾਨੂੰ ਪਤਾ ਲੱਗ ਜਾਏਗਾ ਕਲੀਅਰ कांसेप्ट ਕੀ ਹੈ ਸੋ ਬੱਚੇ ਕੁਐਸਚਨ ਨੰਬਰ 1 ਦੇਖੋ ਐਗਜ਼ਾਮਪਲ 1 ਹੈ ਕੀ ਕਹਿ ਰਿਹਾ ਹੈ ਅ ਕੋਇਨ ਇਜ਼ ਟੋਸਡ 1000 ਟਾਈਮਸ ਵਿਦ ਅ ਫਾਲਿੰਗ ਫ੍ਰੀਕੁਐਂਸੀ ਹੈਡ ਟੇਲ ਕੀ ਮਤਲਬ ਬੱਚੇ ਕਹਿੰਦਾ ਮੈਂ ਲੁਕੀ ਇੱਕ ਕੋਇਨ ਨੂੰ ਟੋਸ ਕੀਤਾ ਗਿਆ 1000 ਟਾਈਮ ਠੀਕ ਹੈ 1000 ਵਾਰੀ ਕੋਇਨ ਨੂੰ ਸੁੱਟਿਆ ਗਿਆ ਹੁਜਰੋਸੀ ਕੋਇਨ ਨੂੰ ਸੁੱਟਦੇ ਆ ਬੱਚੇ ਜਾਂ ਤੇ ਹੈਡ ਆਂਦਾ ਜਾਂ ਤੇ ਟੇਲ ਆਂਦਾ ਸੋ ਰਿਕਾਰਡ ਕੀਤਾ ਗਿਆ ਕਿ ਹੈਡ ਕਿੰਨੀ ਵਾਰ ਆਇਆ ਉਹ ਆਇਆ 455 ਟਾਈਮਸ ਉਹ ਟੇਲ ਕਿੰਨੀ ਵਾਰ ਆਇਆ ਟੇਲ ਆਇਆ ਸਾਡੇ ਕੋਲ 545 ਟਾਈਮਸ ਕਲੀਅਰ ਇਹਨਾਂ ਦੋਨੋਂ ਨੂੰ ਪਲੱਸ ਕਰੋਗੇ ਕੀ ਬਣੇਗਾ 1000 ਠੀਕ ਹੈ ਸੋ ਟੋਟਲ 1000 ਵਾਰੀ ਸੁੱਟਿਆ ਗਿਆ ਜਿਹਦੇ ਵਿੱਚੋਂ 455 ਹੈਡ ਔਰ ਟੇਲ ਇਸ 545 545 ਆਇਆ ਕਲੀਅਰ ਤੋਂ ਬੱਚਿਓ ਅਸੀਂ ਕੰਪਿਊਟ ਕੀ ਕਰਨਾ ਕੰਪਿਊਟ ਦਾ ਪ੍ਰੋਬੈਬਿਲਟੀ ਆਫ ਈਚ ਇਵੈਂਟ ਠੀਕ ਹੈ ਪਹਿਲਾ ਇਵੈਂਟ ਕੀ ਹੈ ਹੈਡ ਆਣਾ ਦੂਜਾ ਇਵੈਂਟ ਕੀ ਹੈ ਕਿੰਨੀ ਵਾਰੀ ਟੇਲ ਆਇਆ ਕਿੰਨੀ ਵਾਰੀ ਹੈਡ ਆਇਆ ਅਸੀਂ ਦੋਨਾਂ ਦੀ ਪ੍ਰੋਬੈਬਿਲਿਟੀ ਚੈੱਕ ਕਰਨੀ ਹੈ ਕਲੀਅਰ ਸੋ ਪ੍ਰੋਬੈਬਿਲਿਟੀ ਚੈੱਕ ਕਰਦੇ ਆ ਦੇਖੋ ਫਾਰਮੂਲਾ ਹੁੰਦਾ ਸਿੰਪਲ ਦੇਖੋ ਉਹਨੇ ਸਭ ਤੋਂ ਪਹਿਲਾਂ ਹੈਡ ਹੈਡ ਨੂੰ ਉਹਨੇ E ਮੰਨ ਲਿਆ ਕਲੀਅਰ ਪ੍ਰੋਬੈਬਿਲਿਟੀ ਆਫ ਇਵੈਂਟ E E ਦਾ ਮਤਲਬ ਕਿ ਕਿੰਨੀ ਵਾਰੀ ਹੈਡ ਆਇਆ ਕਲੀਅਰ ਉਹਨਾਂ ਨਾਮ ਦੇ ਦਿੱਤਾ ਨਾ ਕੋਈ ਤੁਸੀਂ ਤੇ ਇਹ ਵੀ ਲੈ ਸਕਦਾ ਪ੍ਰੋਬਬਿਲਿਟੀ ਆਫ ਹੈਡ ਠੀਕ ਹੈ ਉਹਦਾ ਫਾਰਮੂਲਾ ਕੀ ਹੁੰਦਾ ਕਿ ਜਿੰਨੀ ਵਾਰੀ ਤੁਹਾਡੇ ਕੋਲ ਹੈਡ ਆਇਆ ਔਰ ਜਿੰਨੀ ਵਾਰੀ ਕੋਇਨ ਸੁੱਟਿਆ ਗਿਆ ਇਹ ਸਿੰਪਲ ਜਿਹਾ ਫਾਰਮੂਲਾ ਹੁੰਦਾ ਹੈ ਪ੍ਰੋਬੈਬਿਲਟੀ ਕੱਢਣ ਦਾ ਕਿੰਨੀ ਵਾਰੀ ਤੁਹਾਡੇ ਕੋਲ ਹੈਡ ਆਇਆ ਟੋਟਲ ਬੱਚੇ 455 ਵਾਰੀ ਹੈਡ ਆਇਆ ਕਿੰਨਿਆਂ ਵਿੱਚੋਂ ਆਇਆ ਕਿੰਨੇ ਟ੍ਰਾਇਲਸ ਕੀਤੇ ਟ੍ਰਾਇਲਸ ਦਾ ਮਤਲਬ ਕਿ ਤੁਸੀਂ ਕਿੰਨੀ ਵਾਰੀ ਕੋਇਨ ਨੂੰ ਸੁੱਟਿਆ ਉਹ ਸੁੱਟਿਆ ਸੀ 1000 ਟਾਈਮ ਸੋ ਜਦੋਂ ਇਹਨੂੰ ਆਪਾਂ ਡਿਵਾਈਡ ਕਰਾਂਗੇ ਜਦੋਂ ਆਪਾਂ ਨੂੰ ਡਿਵਾਈਡ ਕਰਾਂਗੇ ਤੇ ਕੀ ਹੋਏਗਾ ਤੁਹਾਡੇ ਕੋਲ ਸਾਡੇ ਕੋਲ ਆਏਗਾ ਆਨਸਰ ਉਹ ਆਇਆ 0.455 ਕਲੀਅਰ ਹੈ 0.455 AI ਪ੍ਰੋਬੈਬਿਲਟੀ ਹੈਡ ਦੀ ਕਿ ਜਦੋਂ ਆਪਾਂ 1000 ਵਾਰੀ ਹੈਡ ਸੁੱਟਦੇ ਆ ਐ ਕੋਇਨ ਸੁੱਟਦੇ ਆ ਤੇ ਉਹਦੇ ਵਿੱਚ ਸਾਡੇ ਕੋਲ ਹੈਡ ਆਉਣ ਦੀ ਪ੍ਰੋਬੈਬਿਲਟੀ ਕਿੰਨੀ ਹੁੰਦੀ ਹੈ ਇੰਨੀ ਹੋ ਸਕਦੀ ਹੈ ਠੀਕ ਹੈ ਫਿਰ ਉਸੇ ਤਰ੍ਹਾਂ ਉਹਨੇ ਪ੍ਰੋਬੈਬਿਲਟੀ ਦੂਜੀ ਕੱਢਣ ਦੀ ਕੋਸ਼ਿਸ਼ ਕੀਤੀ ਆ ਉਹ ਕਿੰਦੀ ਹੈ ਟੇਲ ਦੀ ਠੀਕ ਹੈ ਤਾਂ ਟੇਲ ਦੀ ਕੀ ਕਰਾਂਗੇ ਨੰਬਰ ਆਫ ਟੇਲ ਕਿੰਨੀ ਵਾਰੀ ਆਇਆ ਹੈ 545 ਟਾਈਮ ਕਿੰਨੇ ਵਿੱਚ ਆਇਆ 45 ਠੀਕ ਹੈ ਬੱਚੇ ਹੁਣ ਜਦੋਂ ਤੁਸੀਂ ਪ੍ਰੋਬੈਬਿਲਟੀ ਹੈਡ ਦੀ ਤੇ ਹੈਡ ਦੀ ਔਰ ਜਦੋਂ ਤੁਸੀਂ ਟੇਲ ਦੀ ਤੁਹਾਨੂੰ ਪਲੱਸ ਕਰੋਗੇ ਤੇ ਤੁਹਾਨੂੰ ਕੁ ਆਨਸਰ ਕੀ ਆਏਗਾ 1 ਠੀਕ ਹੈ ਕਿਉਂਕਿ ਦੇਖੋ 1 ਦਾ ਮਤਲਬ ਕੀ ਹੈ ਪ੍ਰੋਬੈਬਿਲਟੀ 1 ਦਾ ਮਤਲਬ ਕੀ ਹੈ ਕਿ ਟੋਟਲ ਪ੍ਰੋਬੈਬਿਲਟੀ ਕਿੰਨੀ ਹੋਗੀ ਠੀਕ ਹੈ ਟੋਟਲ ਪ੍ਰੋਬੈਬਿਲਟੀ ਕਿੰਨੀ ਹੋਗੀ ਟੋਟਲ ਪ੍ਰੋਬੈਬਿਲਟੀ ਤੁਹਾਨੂੰ ਕਿੰਨੀ ਆਏਗੀ 100% 1 ਨੂੰ ਸੀ ਬੋਲਦੇ ਹਾਂ 100% ਕਲੀਅਰ ਜਿੰਨੀਆਂ ਵੀ ਪ੍ਰੋਬਾਬਿਲਟੀਆਂ ਹੁਣ ਉਹਨਾਂ ਨੂੰ ਸਾਰਿਆਂ ਨੂੰ ਪਲੱਸ ਕਰਕੇ ਹੱਡੂ ਕਿ ਆਣਾ ਚਾਹੀਦਾ 1 ਔਰ ਹਮੇਸ਼ਾ ਯਾਦ ਰੱਖੋ ਜਿਹੜੀ ਪ੍ਰੋਬਾਬਿਲਟੀ ਹੁੰਦੀ ਹੈ ਉਹ ਹਮੇਸ਼ਾ 0 ਤੋਂ ਵੱਡੀ ਔਰ 1 ਤੋਂ ਛੋਟੀ ਹੁੰਦੀ ਹੈ ਆ ਦੇਖੋ ਇਹ 0 ਤੋਂ ਵੱਡਾ ਨਾ 0 ਤੋਂ ਵੱਡਾ ਪਰ 1 ਤੋਂ ਛੋਟਾ 0 ਤੋਂ ਵੱਡਾ ਹੈ ਵੀ ਪਰ 1 ਤੋਂ ਛੋਟਾ ਪਰ ਦੋ ਦੋਨਾਂ ਨੂੰ ਪਲੱਸ ਕਰੋਗੇ ਤੇ ਆਨਸਰ ਕੀ ਆਣਾ ਚਾਹੀਦਾ ਸਾਡੇ ਕੋਲ 1 ਆਣਾ ਚਾਹੀਦਾ ਕਲੀਅਰ ਸੋ ਇਸੇ ਤਰ੍ਹਾਂ ਐਗਜ਼ਾਮਪਲ ਨੰਬਰ 2 ਦੇਖੋ ਹੁਣ ਬੱਚੇ एग्जांपल ਨੰਬਰ 2 ਦੇਖੋ ਟੂ ਕੁਆਇਨਸ ਆਰ ਟੋਸਟ ਸਿਮਲਟੈਨੀਅਸਲੀ 500 ਟਾਈਮਸ ਫਿਰ ਦੇਖੋ ਦੋਨੋਂ ਹੱਥਾਂ ਦੇ ਵਿੱਚ ਦੋਨੋਂ ਅੰਗੂਠਿਆਂ ਦੇ ਉੱਤੇ ਰੱਖ ਕੇ ਕੁਆਇਨ ਨੂੰ ਸੁੱਟੇ ਦੋ ਦੋ ਕੁਆਇਨ ਇਕੱਠੇ ਸੁੱਟਨੇ ਆ ਦੋ ਕੁਆਇਨ ਇਕੱਠੇ ਸੁੱਟਨੇ ਆ ਤੇ ਬੱਚੇ ਜਦੋਂ ਤੁਸੀਂ ਦੋ ਕੁਆਇਨ ਇਕੱਠੇ ਸੁੱਟੋਗੇ ਤੇ ਕੀ ਹੋਏਗਾ ਠੀਕ ਹੈ ਉਹ ਰਿਕਾਰਡ ਕਰਨਾ ਹੋ ਸਕਦਾ ਦੋਨੋਂ ਇਕੱਠੇ ਹੈਡ ਆ ਜਾਣ ਜਦੋਂ ਦੋਨੋਂ ਕੋਈ ਆਏ ਸੁੱਟੇ ਤੇ ਹੋ ਸਕਦਾ ਦੋਨੋਂ ਜਦੋਂ ਡਿੱਗਣ ਥੱਲੇ ਤੇ ਦੋਨੋਂ ਵਾਰੀ ਹੈਡ ਆ ਜਾਣ ਉਨੇ ਰਿਕਾਰਡ ਕੀਤਾ ਕਿ ਜਦੋਂ 500 ਵਾਰੀ ਸੁੱਟਿਆ ਗਿਆ ਉਹਦੇ ਵਿੱਚ ਦੋ ਵਾਰੀ ਹੈਡ ਕਿੰਨੀ ਵਾਰੀ ਆਇਆ 105 ਟਾਈਮ 105 ਟਾਈਮਸ ਤੁਹਾਡੇ ਕੋ ਕਿੰਨਾ ਆਇਆ ਹੈਡ ਆਇਆ ਦੋਨਾਂ ਕੁਆਇਨਾਂ ਦੇ ਉੱਤੇ ਹੁਣ ਦੋਨਾਂ ਚੋਂ ਇੱਕ ਕੁਆਇਨ ਦੇ ਉੱਤੇ 275 ਟਾਈਮਸ ਹੈਡ ਆਇਆ 275 ਟਾਈਮ ਹੈਡ ਆਇਆ ਤੇ ਜਦੋਂ ਕਦੀ ਹੈਡ ਆਇਆ ਹੀ ਨਹੀਂ ਇਟ ਮੀਨਸ ਦੋਨੋਂ ਤੇ ਟੇਲ ਆਇਆ ਹੋਵੇਗਾ ਨੋ ਹੈਡ ਉਹ ਕਿੰਨੀ ਵਾਰੀ ਆਇਆ 120 ਟਾਈਮਸ 120 ਟਾਈਮਸ ਸੋ ਜਦੋਂ ਸਾਰਿਆਂ ਨੂੰ ਪਲੱਸ ਕਰੋਗੇ ਤਾਂ ਉਹ ਡੈਫੀਨਿਟਲੀ ਕਿੰਨਾ ਬਣਨਾ ਚਾਹੀਦਾ 500 ਬਣਨਾ ਚਾਹੀਦਾ ਕਲੀਅਰ ਸੋ ਪਲੱਸ ਕਰਕੇ ਦੇਖੋ ਉਹਨਾਂ ਨੇ ਦੇਖੋ ਪਲੱਸ ਕਰਕੇ ਦੇਖਿਆ ਹੋਏਗਾ ਤੁਸੀਂ ਪਲੱਸ ਕਰਕੇ ਦੇਖੋਗੇ 500 ਟਾਈਮਸ ਬਣੇਗਾ ਕਲੀਅਰ ਚਲੋ ਇੱਥੇ ਲਿਖਿਆ ਨਹੀਂ ਆਣਾ ਨੇ ਉਹ ਦੇਖੋ ਸਭ ਤੋਂ ਪਹਿਲੇ ਪ੍ਰੋਬੈਬਿਲਟੀ ਕੀ ਆ ਉਹ ਕਹਿੰਦਾ ਫਾਈਂਡ ਦਾ ਪ੍ਰੋਬੈਬਿਲਟੀ ਆਫ ਅਕਰ ਈਚ ਆਫ ਥਿਸ ਇਵੈਂਟ ਪਹਿਲਾ ਇਵੈਂਟ ਕੀ ਹੈ ਟੂ ਹੈਡਸ ਚਲੋ ਅਸੀਂ ਦੇਖਦੇ ਹਾਂ ਟੂ ਹੈਡਸ ਕਿੰਨੀ ਵਾਰੀ ਆਇਆ ਹੋਏਗਾ ਉਹਦੀ ਪ੍ਰੋਬੈਬਿਲਟੀ ਕਿੰਨੀ ਹੈ 200 ਸੋ ਕਿੰਨੀ ਵਾਰੀ ਸੁੱਟਿਆ ਅਸੀਂ 500 ਟਾਈਮ ਸੁੱਟਿਆ ਠੀਕ ਆ ਤੇ ਕਿੰਨੀ ਕਿਹੜੀ ਪ੍ਰੋਬੈਬਿਲਿਟੀ ਚਾਹੀਦੀ ਆ ਆਪਾਂ ਨੂੰ ਟੂ ਹੈਡ ਦੀ ਤੋਂ ਟੂ ਹੈਡ ਦੇ ਵਿੱਚ ਕਿੰਨੀ ਗਿਆ 1 05 ਸੋ 105 ਨੂੰ so 500 ਨਾਲ ਡਿਵਾਈਡ ਕਰ ਦੋ ਕਿੰਨਾ ਆ ਗਿਆ 21 ਸੇ ਦੂਸਰੀ ਪ੍ਰੋਬੈਬਿਲਿਟੀ ਕੀ ਦੂਸਰੀ ਈਵੈਂਟ ਕੀ ਗਿਆ 1 ਹੈਡ ਜੇ 1 ਹੈਡ ਐਡਮਿਸ 275 ਨੂੰ ਡਿਵਾਈਡ ਕੀਤਾ 500 ਦੇ ਨਾਲ ਸਾਡੇ ਕੋਲ ਪ੍ਰੋਬੈਬਿਲਿਟੀ ਆ ਗਈ ਸਿਮਿਲਰਲੀ ਥਰਡ ਨਾ ਕਰ ਲਿਆ ਹੁਣ ਬੱਚੇ ਇਹਨਾਂ ਤਿੰਨਾਂ ਨੂੰ ਪਲੱਸ ਕਰੋਗੇ ਤਾਂ ਉਹ ਪ੍ਰੋਬੈਬਿਲਿਟੀ ਕੀ ਆਣੀ ਚਾਹੀਦੀ ਹੈ ਕਿਉਂਕਿ ਤੁਸੀਂ ਪੂਰੇ ਸਾਰੇ ਕੰਮ ਕਰ ਲਿਆ ਨਾ ਸਾਰੇ ਇਵੈਂਟਸ ਕਰ ਲਏ ਨੇ ਤੇ ਇਟ ਵੀ ਸਾਨੂੰ ਸਾਰਿਆਂ ਦਾ ਸਮ ਕਿੰਨਾ ਬੰਨਣਾ ਚਾਹੀਦਾ 1 ਬੰਨਣਾ ਚਾਹੀਦਾ ਚੈੱਕ ਕਰਦੇ ਹਾਂ 1 ਬੰਨਦਾ ਹਾਂ ਹਾਂਜੀ ਦੇਖੋ ਪ੍ਰੋਬੈਬਿਲਟੀ ਆਫ 1 ਇਵੈਂਟ 1 ایونٹ 2 ایونٹ 3 ਜੇਰੋ ਪਲੱਸ ਕਰੋਗੇ ਤਿੰਨਾਂ ਦਾ ਕੀ ਆਣਾ ਚਾਹੀਦਾ 1 ਠੀਕ ਹੈ ਬੱਚੇ ਬਹੁਤ ਹੀ ਆਸਾਨ ਕੁਐਸਚਨਸ ਨੇ ਬਹੁਤ ਹੀ ਆਸਾਨ ਹੈ ਉਸ ਤੋਂ ਬਾਅਦ ਬੱਚੇ ਆਜੋ ਕੁਐਸਚਨ ਨੰਬਰ 3 ਦੇਖੋ ਐਗਜ਼ਾਮਪਲ ਨੰਬਰ 3 ਹੈ ਇਹ ਡਾਈ ਇਜ਼ ਥਰੋਨ 1000 ਟਾਈਮ ਫਿਰ ਡਾਈ ਤੁਸੀਂ ਦੇਖਿਓਗੇ ਕਿ ਜੋ ਤੁਸੀਂ ਲੱਡੋ ਖੇਡਦੇ ਹੋ ਇੱਕ ਕਯੂਬ ਜੇ ਵਰਗਾ ਹੁੰਦਾ ਨਾ ਡਾਈ ਹੁਣ ਤੁਸੀਂ ਸੁੱਟਦੇ ਹੋ ਉਹਦੇ ਉੱਤੇ 6 ਬਿੰਦੀਆਂ ਲੱਗੀਆਂ ਹੁੰਦੀਆਂ 5 ਬਿੰਦੀਆਂ ਇੱਕ ਹਰ ਇੱਕ ਫੇਸ ਉੱਤੇ ਕੁਝ ਬਿੰਦੀਆਂ ਲੱਗੀਆਂ ਹੁੰਦੀਆਂ ਟੋਟਲ 6 ਫੇਸ ਹੁੰਦੇ ਨੇ ਹਨਾ ਸੋ ਤੁਹਾਨੂੰ ਪਤਾ ਹੋਵੇ ਬਾਰੇ ਇਹ ਡਾਈ ਇਸ ਥਰੋਨ ਹੁਣ ਇੱਕ ਹਜ਼ਾਰ ਵਾਰੀ ਸੁੱਟਿਆ ਜਾਣਾ ਬਾਰ ਬਾਰ ਸੁੱਟਿਆ ਜਾਣਾ ਜੇ ਤੁਸੀਂ ਸੁੱਟੋਗੇ ਕੀ ਹੋਏਗਾ ਉੱਤੇ 1 ਆਏਗਾ ਜਾਂ 2 ਆਏਗਾ ਜਾਂ 3 ਆਏਗਾ ਜਾਂ 4 ਆਏਗਾ 5 6 6 ਫੇਸ ਹੁੰਦੇ ਨੇ ਠੀਕ ਹੈ ਉੱਤੇ ਬਿੰਦੀਆਂ ਹੀ ਲੱਗੀਆਂ ਹੁੰਦੀਆਂ ਇੱਕ ਫੇਸ ਤੇ 1 ਬਿੰਦੀ ਲੱਗੀ ਹੁੰਦੀ ਹੈ ਇੱਕ ਫੇਸ ਤੇ ਡਬਲ ਬਿੰਦੀਆਂ ਲੱਗੀਆਂ ਹੁੰਦੀਆਂ ਤੇ ਤਿੰਨ ਵਿਧਿਆ ਲੱਗੀ ਹੁੰਦੀ ਚਾਰ ਹਨ ਤੇ ਨੇ ਰਿਕਾਰਡ ਕੀਤਾ ਕਿ ਜਦੋਂ ਤੁਸੀਂ 1000 ਵਾਰੀ ਸੁੱਟਿਆ ਤੇ ਉਹਦੇ ਤੇ ਜਿਹੜਾ 1 ਹੈ ਉਹ 179 ਟਾਈਮਸ ਆਇਆ 2 150 ਟਾਈਮਸ ਆਇਆ 3 ਇੰਨੀ ਟਾਈਮ ਆਇਆ ਉਹ ਸਾਰਾ ਦੀ ਪ੍ਰੋਬੈਬਿਲਿਟੀ ਉਹਨੇ ਲਿਖ ਲਿਆ ਠੀਕ ਹੈ ਫਿਰ ਸਾਰਾ ਦੀ ਪ੍ਰੋਬੈਬਿਲਿਟੀ ਆ ਫਾਈਂਡ ਕਰਨ ਦੀ ਕੋਸ਼ਿਸ਼ ਕੀਤੀ ਹਾਂ ਹੁਣ ਦੇਖੋ ਇਵੈਂਟ ਫ੍ਰੀਕੁਐਂਸੀ 1 ਫ੍ਰੀਕੁਐਂਸੀ ਦਾ ਮਤਲਬ ਕੀ ਹੈ ਕਿ ਇੱਕ ਕਿੰਨੀ ਵਾਰੀ ਆਇਆ ਉਸ ਕੋ ਕਿੰਨੀ ਆਇਆ ਹੈ 179 179 ਨੂੰ ਟੋਟਲ ਫ੍ਰੀਕੁਐਂਸੀ ਨਾਲ ਕਰ ਡਿਵਾਈਡ ਕਰਨਾ ਓਕੇ ਨਾ 5 1000 ਆ ਗਿਆ ਇਸੇ ਤਰ੍ਹਾਂ ਇਹਦਾ 150 ਕਰ ਲਿਆ 1000 ਨਾ ਇਹਨਾਂ ਆ ਗਿਆ ਸਾਰੇ ਨਾਲ ਕਰ ਲਿਆ ਡਿਵਾਈਡ ਠੀਕ ਹੈ ਜੋ ਸਾਰੇ ਡਿਵਾਈਡ ਕਰਕੇ ਫਿਰ ਤੁਸੀਂ ਦੇਖਿਆ ਪ੍ਰੋਬੈਬਿਲਟੀ 1 2 3 ਨੂੰ ਸਾਰਾ ਪਲੱਸ ਕਰੋਗੇ ਤੁਹਾਡਾ ਕੀ ਆਨਸਰ ਆਏਗਾ ਤੁਹਾਡਾ ਆਏਗਾ 1 ਆਨਸਰ ਠੀਕ ਹੈ ਕੁਝ ਵੀ ਓਖਾ ਨਹੀਂ ਕਰ ਦੇ ਵਿੱਚ ਥੱਲੇ ਨੋਟ ਕਰਨ ਵਾਸਤੇ ਕਿਹਾ ਨੇ ਆਲਸੋ ਨੋਟ ਦੈਟ ਦ ਪ੍ਰੋਬੈਬਿਲਟੀ ਆਫ ਈਚ ਇਵੈਂਟ ਲਾਈਸ ਬਿਟਵੀਨ ਹਾਂ ਹਮੇਸ਼ਾ ਯਾਦ ਰੱਖੋ ਹੁਣੇ ਤਾਂ ਮੈਂ ਗੱਲ ਗਈ ਸੀ ਦੀ ਪ੍ਰੋਬੈਬਿਲਟੀ ਹਮੇਸ਼ਾ ਹਰ ਇੱਕ ਈਵੈਂਟ ਦੀ ਵੱਖਰੀ ਵੱਖਰੀ ਈਵੈਂਟ ਦੀ ਪ੍ਰੋਬੈਬਿਲਟੀ ਹਮੇਸ਼ਾ ਕੀ ਹੁੰਦੀ ਹੈ ਜ਼ੀਰੋ ਤੋਂ ਵੱਡੀ ਐਂਡ 1 ਤੋਂ ਛੋਟੀ ਉਹਨੇ ਕਿਹਾ ਕਿ ਇਹਦੇ ਵਿੱਚ ਹੀ ਲਾਈ ਕਰੇਗੀ ਇਹਦੇ ਵਿੱਚ ਹੀ ਆਏਗੀ ਜ਼ੀਰੋ ਔਰ 1 1 ਤੋਂ ਵੱਡੀ ਨਹੀਂ ਕਦੀ ਆਉਂਦੀ ਕਲੀਅਰ ਜ਼ੀਰੋ ਔਰ 1 ਦੇ ਵਿਚ ਵਿੱਚ ਇਹ ਆਏਗੀ ਸੋ ਦਾ ਸਮ ਆਫ 올 ਦਾ ਪ੍ਰੋਬੈਬਿਲਟੀ ਕੀ ਹੋਏਗਾ ਜੇ ਤੁਸੀਂ ਸਾਰਿਆਂ ਨੂੰ ਪਲੱਸ ਕਰ ਦੋਗੇ ਪ੍ਰੋਬੈਬਿਲਟੀ ਨੂੰ ਸਾਰਿਆਂ ਨੂੰ ਪਲੱਸ ਕਰ ਦੋਗੇ ਉਹ ਹਮੇਸ਼ਾ ਕੀ ਹੋਏਗੀ 1 ਹੋਏਗੀ ਸੋ ਇਹ ਚੈੱਕ ਕਰਨ ਦਾ ਤਰੀਕਾ ਵੀ ਹੈ ਠੀਕ ਹੈ ਪ੍ਰੋਬਾ ਦੇਖੋ ਇਵੈਂਟ ਕੀ ਹੈ ਇਵੈਂਟ 1 ਇਵੈਂਟ 2 ਇਵੈਂਟ 6 ਕਵਰ 올 ਦਾ ਪੋਸਿਬਿਲਟੀ ਆਊਟਕਮਸ ਆਫ ਅ ਟ੍ਰਾਇਲ ਹੁਡ ਇਵੈਂਟ ਮਲਕੀ ਕਹਿੰਦਾ ਕਿ ਸਾਰੀਆਂ ਪ੍ਰੋਬਬਿਲਿਟੀ ਪੋਸਿਬਿਲਟੀਆਂ ਉਹਦੇ ਵਿੱਚ ਟ੍ਰਾਇਲ ਦੇ ਵਿੱਚ ਆ ਰਹੀਆਂ ਨੇ ਕਲੀਅਰ ਡਾਈ ਦੇ ਵਿੱਚ ਜਦੋਂ ਵੀ ਸੁੱਟੋਗੇ ਕੋਈ ਨਾ ਕੁਝ ਤੇ ਆਏਗਾ ਜਾਂ ਦੇ 1 ਆਏਗਾ ਜਾਂ 2 ਆਏਗਾ ਜਾਂ 3 ਸੋ ਸਾਰੀਆਂ ਚੀਜ਼ਾਂ ਤੁਹਾਡੇ ਕਵਰ ਹੋ ਰਹੀਆਂ ਚਲੋ ਐਗਜ਼ਾਮਪਲ ਨੰਬਰ 4 ਦੇਖੋ ਬੱਚੇ ਆਇਆ ਬਹੁਤ ਵਧੀਆ ਐਗਜ਼ਾਮਪਲ ਹੈ ਕਿੰਦਾ ਇੱਕ ਪੇਜ ਆ ਡਿਕਸ਼ਨਰੀ ਦਾ ਇੱਕ ਪੇਜ ਆ ਟੈਲੀਫੋਨ ਡਿਕਸ਼ਨਰੀ ਦਾ ਉਹਦੇ ਤੇ ਇੱਕ ਪੇਜ ਉੱਤੇ 200 ਟੈਲੀਫੋਨ ਨੰਬਰ ਲਿਖੇ ਹੋਏ ਆ ਇੱਕ ਪੇਜ ਉੱਤੇ 200 ਟੈਲੀਫੋਨ ਨੰਬਰ ਲਿਖੇ ਹੋਏ ਤੇ ਉਹ ਕਹਿੰਦਾ ਦਾ ਫ੍ਰੀਕੁਐਂਸੀ ਡਿਸਟ੍ਰੀਬਿਊਸ਼ਨ ਆਫ ਥੇਅਰ ਯੂਨਿਟ ਪਲੇਸ ਡਿਜੀਟ ਫੋਰ ਏਗਜ਼ਾਮਪਲ ਇਨ ਦਾ ਨੰਬਰ ਐ ਨੰਬਰ ਆ ਉਹਦਾ ਯੂਨਿਟ ਪਲੇਸ ਕੀ ਹੈ 3 ਹੈ ਨਾ ਯੂਨਿਟ ਪਲੇਸ 3 ਹੈ ਠੀਕ ਆ ਸਮਝ ਲੱਗ ਗਈ ਐ ਫੋ ਦੇਖੋ ਉਹਦੀ ਡਿਸਟ੍ਰੀਬਿਊਸ਼ਨ ਕਿਵੇਂ ਕੀਤੀ ਗਈ ਐ 200 ਨੰਬਰ ਆ ਇੱਕ ਪੇਜ ਉੱਤੇ 200 ਨੰਬਰ ਆ। ਤਾਂ ਉਹਨਾਂ ਨੇ ਦੇਖਿਆ ਕਿ ਉਹਦੇ ਪਿੱਛੇ ਯੂਨਿਟ ਕੀ ਹੈ? ਯੂਨਿਟ 1 ਆ ਰਿਹਾ, ਯੂਨਿਟ ਪਲੇਸ ਜੀ ਵਿੱਚ ਤੇ ਯੂਨਿਟ ਪਲੇਸ ਲਾਸਟ ਕਿ ਆ ਰਿਹਾ? 3 ਆ ਰਿਹਾ ਨਾ। ਉਹਨੇ ਦੇਖਿਆ ਕਿ 1 2 3 4 5 6 7 8 9। ਆ ਦੇਖੋ ਟੇਬਲ ਬਣਾਇਆ ਉਹਨਾਂ ਨੇ। ਜਿੰਨੇ ਵੀ ਨੰਬਰ ਨੇ ਉਹਨਾਂ ਦੇ ਪਿੱਛੇ ਜਿੰਨਾਂ ਦੇ ਵਿੱਚ 0 ਆ ਰਿਹਾ ਉਹ ਕਿੰਨੇ ਨੰਬਰ ਨੇ? 22। ਜਿਨ੍ਹਾਂ ਦੇ ਪਿੱਛੇ 1 ਆ ਰਿਹਾ ਉਹ ਕਿੰਨੇ ਨੇ? 26। ਜਿਨ੍ਹਾਂ ਦੇ ਪਿੱਛੇ 2 ਆ ਰਿਹਾ ਉਹ ਕਿੰਨੇ ਨੇ? 22। ਜਿਨ੍ਹਾਂ ਦੇ ਪਿੱਛੇ 9 ਆ ਰਿਹਾ ਲਾਸਟ ਪਲੇਸ ਤੇ 9 ਆ ਰਿਹਾ। ਉਹ ਕਹਿੰਦੇ ਨੇ ਵੀ ਠੀਕ ਆ ਕੋਈ ਓਖਾ ਨਹੀਂ ਉਹਨੇ ਸਾਰੇ ਲਿਖ ਲਿਆ ਤਾਂ ਕਹਿੰਦਾ ਵਾਟ ਇਜ਼ ਦਾ ਪ੍ਰੋਬੈਬਿਲਟੀ ਥੈਟ ਅ ਡਿਜੀਟ ਇਨ ਇਟਸ ਯੂਨਿਟ ਪਲੇਸ ਇਜ਼ 6 ਤੋ ਕਹਿੰਦਾ ਕੀ ਪ੍ਰੋਬੈਬਿਲਟੀ ਹੈ ਕਿ ਤੁਸੀਂ ਅ ਅੱਛਾ ਵਿਦਆਊਟ ਲੁਕਿੰਗ ਐਟ ਦਾ ਪੇਜ ਹਾਂ ਉਹ ਕਹਿੰਦਾ ਪੇਜ ਦੇ ਉਹ ਕਹਿ ਰਿਹਾ ਕਿ ਪੇਜ ਦੇ ਉੱਤੇ ਤੁਸੀਂ ਅ ਦੇਖਣਾ ਨਹੀਂਗਾ ਪੇ ਨੂੰ ਇੱਕ ਪੈਨਸਲ ਦੇ ਨਾਲ ਤੁਸੀਂ ਨੰਬਰ ਨੂੰ ਸਿਲੈਕਟ ਕਰਨਾ ਮੰਨ ਲਓ ਇੱਥੇ ਬਹੁਤ سارے ਨੰਬਰ ਲਿਖੇ ਹੋਏ ਨੇ ਅਸੀਂ ਅੱਖਾਂ ਬੰਦ ਕਰਕੇ ਕੋਈ ਨੰਬਰ ਸਿਲੈਕਟ ਕਰਨਾ ਹੈ ਠੀਕ ਹੈ ਜੁਦ ਹੀ ਨੰਬਰ ਸਿਲੈਕਟ ਕਰ ਲਿਆ ਕੀ ਪ੍ਰੋਬੈਬਿਲਿਟੀ ਹੈ ਕੀ ਚਾਂਸ ਹੈ ਕਿ ਨੇ ਕਿ ਉਹ ਨੰਬਰ ਦੇ ਐਂਡ ਤੇ 6 ਹੋਏਗਾ ਉਹਨੇ ਆਇਆ ਕਿਹਾ ਯੂਨਿਟ ਪਲੇਸ ਤੇ ਕੀ ਹੋਏਗਾ 6 ਹੋਏ ਕੀ ਪ੍ਰੋਬੈਬਿਲਿਟੀ ਹੈ ਕਿ ਉਹਦੇ ਯੂਨਿਟ ਪਲੇਸ ਤੇ 6 ਹੋਵੇ ਪਰ 6 ਸਾਡੇ ਕੋ ਕਿੰਨੀ ਵਾਰੀ ਆਇਆ 14 ਵਾਰੀ ਠੀਕ ਹੈ ਤੇ ਆਪਾਂ ਲਿਖਾਂਗੇ 14 ਟੋਟਲ ਕਿੰਨੇ ਨੇ ਤੁਹਾਡੇ ਕੋ ਪੋਸਿਬਿਲਟੀ ਆ 200 डिवाइड ਕਰਾਂਗੇ ਐਂਡੀ ਸੋ 0.07 ਪੋਸਿਬਿਲਟੀ ਹੈਗੀ ਹੈ ਕਿ ਜਿਹੜਾ ਨੰਬਰ ਅਸੀਂ ਅੱਖਾਂ ਬੰਦ ਕਰਕੇ ਪੈਨਸਲ ਰੱਖਾਂਗੇ ਉਹ ਕਿੰਨਾ ਆਏਗਾ ਉਹਦਾ ਡਿਜੀਟ ਲਾਸਟ ਕੀ ਹੋਏਗਾ 6 ਹੋਏਗਾ ਸੋ ਦਿਸ ਇਜ਼ ਅ ਪ੍ਰੋਬੈਬਿਲਟੀ ਠੀਕ ਹੈ ਇਹ ਆਨਸਰ ਆਏਗਾ ਸੋ ਇਸੇ ਤਰ੍ਹਾਂ ਬੱਚੇ ਹੁਣ ਅੱਗੇ ਚਲੀਏ ਆਪਾਂ ਦਾ ਰਿਕਾਰਡ ਆਫ ਦਾ ਵੈਦਰ ਸਟੇਸ਼ਨ ਸ਼ੋ ਥੈਟ ਆਊਟ ਆਫ 250 ਕਨਸੈਕੂਏਟਿਡ ਡੇਸ ਕਨਸੈਕੂਏਂਸ ਡੇ ਕਿਹੜੇ ਹੁੰਦੇ ਨੇ ਬੱਚੇ ਜਿਵੇਂ ਅਸੀਂ ਰੋਜ਼ਾਨਾ 200 250 ਅੱਜ ਤੋਂ ਸ਼ੁਰੂ ਕਰ ਲਓ ਤੇ 250 ਦਿਨ ਤੁਸੀਂ ਲਗਾਤਾਰ ਵੈਦਰ ਰਿਕਾਰਡ ਕਰਨਾ ਠੀਕ ਹੈ ਚਾਹੇ ਸੰਡੇ ਆਵੇ ਚਾਹੇ ਮੰਡੇ ਆਵੇ ਚਾਹੇ ਛੁੱਟੀਆਂ ਜਿੰਨੀਆਂ ਮਰਜ਼ੀ ਆਣ ਅਸੀਂ ਰਿਕਾਰਡ ਕਰਨਾ 250 ਦਿਨ ਲਗਾਤਾਰ ਠੀਕ ਹੈ ਉਹ ਲਿਖਿਆ ਹੁੰਦਾ 250 ਕੰਸੀਕੂਟਿਵ ਡੇ ਵੈਦਰ ਨੂੰ ਰਿਕਾਰਡ ਕੀਤਾ ਠੀਕ ਹੈ ਸੋ ਇਹ ਵੀ ਹੋਇਆ ਕਿ ਜਿਹੜਾ ਵੈਦਰ ਜਿਹੜਾ ਰਿਕਾਰਡਸ ਕੀਤਾ ਗਿਆ ਨਾ ਉਹ 175 ਵਾਲੀ ਠੀਕ ਹੋਇਆ 250 ਵਿੱਚੋਂ 250 ਵਿੱਚੋਂ 175 ਵਾਈ ਜਿਹੜਾ ਟੈਂਪਰੇਚਰ ਸੀ ਜਿਹੜਾ ਵੈਦਰ ਸੀ ਉਹ ਤੁਸੀਂ ਰਿਕਾਰਡ ਵਧੀਆ ਤਰੀਕੇ ਨਾਲ ਸਹੀ ਕੀਤਾ ਤੇ ਬਾਕੀ ਗਲਤ ਹੋ ਗਿਆ ਹੋਵੇਗਾ ਠੀਕ ਹੈ ਸੋ ਪਹਿਲਾ ਕੁਸ਼ਲ ਕੀ ਹੈ ਵਾਟ ਇਜ਼ ਦਾ ਪ੍ਰੋਬੈਬਿਲਟੀ ਥੈਟ ਓਨ ਦਾ a গিਵਨ ਡੇ ਇਟ ਵਾਸ ਕਰੈਕਟ ਵੱਲੋਂ ਅਸੀਂ ਅ ਅੱਜ ਤੋਂ ਸ਼ੁਰੂ ਕੀਤਾ ਸੀ ਠੀਕ ਹੈ ਤੇ ਅੱਜ ਤਰੀਕ ਹੈਗੀ ਆ ਆਪਾਂ ਕਹਿ ਲਈਏ ਕਿ 9 9 ਮਈ ਹੈ ਹਨਾ 9 ਮਈ ਹੈ ਤੇ ਅਸੀਂ ਅੱਜ ਤੋਂ ਸ਼ੁਰੂ ਕੀਤਾ ਕੰਸੀਕੂਏਟਿਵ ਚੈੱਕ ਕਰਨ ਲਈ ਕੀ ਵੈਦਰ ਆਪਾਂ ਰਿਕਾਰਡ ਵੈਦਰ ਰਿਕਾਰਡ ਕਰ ਰਹੇ ਆ ਤੇ ਅਸੀਂ ਸਿਲੈਕਟ ਕੀਤਾ ਚਲੋ ਦੱਸੋ ਕਿ ਅੱਜ 9 ਮਈ ਹੈ ਨਾ 9 ਜੂਨ ਨੂੰ ਕੀ ਪ੍ਰੋਬੈਬਿਲਟੀ ਹੈ ਕੀ ਪੋਸਿਬਿਲਟੀ ਹੈ ਕਿ 9 ਜੂਨ ਨੂੰ ਅਸੀਂ 19 ਜੂਨ ਨੂੰ ਅਸੀਂ ਜਿਹੜਾ ਵੈਦਰ ਰਿਕਾਰਡ ਕਰਾਂਗੇ ਉਹ ਬਿਲਕੁਲ ਕਰੈਕਟ ਹੋਏਗਾ ਠੀਕ ਹੈ ਉਹਦੀ ਪ੍ਰੋਬੈਬਿਲਿਟੀ ਕਿੰਨੀ ਸੰਭਾਵਨਾ ਹੈ ਗਲਤ ਵੀ ਹੋ ਸਕਦਾ ਨਾ ਗਲਤ ਵੀ ਹੋ ਸਕਦਾ ਪਰ ਉਹ ਕਹਿੰਦਾ ਕਿ ਸਹੀ ਹੋਣ ਦੀ ਕਿੰਨੀ ਪ੍ਰੋਬੈਬਿਲਿਟੀ ਹੈ ਤਾਂ ਸਹੀ ਹੋਣ ਦੀ ਪ੍ਰੋਬੈਬਿਲਿਟੀ ਹੈ ਉਹ ਕਿੰਨੀ ਆ 175 ਉਹ ਕਹਿੰਦਾ ਹੈ 175 ਟਾਈਮਸ ਅਸੀਂ ਰਿਕਾਰਡ ਕੀਤਾ ਸੋ ਉਹਨੂੰ ਟੋਟਲ ਪ੍ਰੋਬੈਬਿਲਿਟੀ ਦੇ ਨਾਲ ਆਪਾਂ ਡਿਵਾਈਡ ਕਰ ਦਾਂ ਟੋਟਲ ਨੰਬਰ ਆਫ ਡੇ ਜਿਹੜਾ ਆਪਾਂ ਕੀਤਾ ਸੀ ਉਹਨੂੰ ਡਿਵਾਈਡ ਕਰਾਂਗੇ ਕਿੰਨਾ ਆਏਗਾ ਪੁਆਇੰਟ 7 ਇਟ ਮੀਨਸ ਦਾ 9 ਮਾਈਨ ਨੂੰ ਪੁਆਇੰਟ 7 ਪ੍ਰੋਬੈਬਿਲਿਟੀ ਹੈ ਕਿ ਅਸੀਂ ਜਿਹੜਾ ਵੈਦਰ ਹੈਗਾ ਉਹ ਠੀਕ ਰਿਕਾਰਡ ਕਰ ਪਾਈਏ ਠੀਕ ਹੈ 0.7 ਦਾ ਮਤਲਬ ਕੀ ਹੈ ਕਿ ਗਲਤ ਵੀ ਰਿਕਾਰਡ ਕੀਤਾ ਜਾ ਸਕਦਾ ਹੈ ਠੀਕ ਹੈ ਪਰ ਪ੍ਰੋਬੈਬਿਲਟੀ 0.7 ਹੈਗੀ ਹੈ ਕਿ ਅਸੀਂ ਸਹੀ ਰਿਕਾਰਡ ਕਰੀਏ ਦੂਜਾ ਕੁਸ਼ਲ ਕਹਿ ਰਿਹਾ ਦੂਸਰਾ ਕੁਸ਼ਲ ਕਹਿ ਰਿਹਾ ਵਾਟ ਇਜ਼ ਦਾ ਪ੍ਰੋਬੈਬਿਲਟੀ ਥੈਟ ਇਟ ਵਾਸ ਨੋਟ ਕਰੈਕਟ ਔਨ ਅ গিਵਨ ਡੇ ਹੁਣ 9 ਮਹੀਨਿਆਂ ਦੀ ਬੈ ਗੱਲ ਕਰਨਾ ਪਿਆ ਹੋ ਸਕਦਾ ਉੱਥੇ ਉਸ ਦਿਨ ਆਪਾਂ ਗਲਤ ਰਿਕਾਰਡ ਕਰ ਲਈਏ ਪਰ ਗਲਤ ਹੋਣ ਦੀ ਪ੍ਰੋਬੈਬਿਲਟੀ ਕਿੰਨੀ ਹੈ ਠੀਕ ਹੈ ਉਹ ਕਿੰਨੀ ਹੈ 75 ਤੇ ਸਾਡੇ ਕੋਲ 75 ਡੇਸ ਤੇ ਕਿਹੜੇ ਸੀ ਜਿਨ੍ਹਾਂ ਦੇ ਜਿਨ੍ਹਾਂ ਦੇ ਅਸੀਂ 175 ਦਿਨ ਕਿਨੇ ਸੀ ਜਿਨ੍ਹਾਂ ਤੇ ਅਸੀਂ ਟੈਂਪਰੇਚਰ ਸਹੀ ਰਿਕਾਰਡ ਕੀਤਾ ਪਰ 250 ਚੋਂ 175 ਦਿਨ ਕੱਢ दिए ਤੇ ਇਟ ਮੀਨਸ 75 ਦਿਨ ਹੋ ਰਹੇ ਨੇ ਜਿਨ੍ਹਾਂ ਚ ਅਸੀਂ ਗਲਤ ਟਾਈਮ ਵੈਦਰ ਰਿਕਾਰਡ ਕੀਤਾ ਹੈ ਇਟ ਮੀਨਸ ਹੁਣ 75 ਨੂੰ ਅਸੀਂ 250 ਨਾਲ ਡਿਵਾਈਡ ਕਰਾਂਗੇ ਤੇ ਪੁਆਇੰਟ 3 ਪ੍ਰੋਬੈਬਿਲਟੀ ਹੈ ਕਿ 9 ਜੂਨ ਨੂੰ ਜਿਹੜਾ ਅਸੀਂ ਵੈਦਰ ਰਿਕਾਰਡ ਕੀਤਾ ਹੈ ਨਾ ਉਹ ਪੁਆਇੰਟ 3 ਪ੍ਰੋਬੈਬਿਲਟੀ ਹੈ ਕਿ ਅਸੀਂ ਗਲਤ ਰਿਕਾਰਡ ਕਰੀਏ ਔਰ ਪੁਆਇੰਟ 7 ਪ੍ਰੋਬੈਬਿਲਟੀ ਕੀ ਸੀ ਪੁਆਇੰਟ 7 ਪ੍ਰੋਬੈਬਿਲਟੀ ਸੀ ਕਿ ਅਸੀਂ ਉਹ ਟੈਂਪਰੇਚਰ ਉਹ ਵੈਦਰ ਜਿਹੜਾ ਹੈ ਉਹ ਵਧੀਆ ਰਿਕਾਰਡ ਕਰ ਪਾਵ ਔਰ 0.3 ਜਿਹੜੀ ਪ੍ਰੋਬੈਬਿਲਟੀ ਹੈ ਕਿ ਅਸੀਂ ਗਲਤ ਰਿਕਾਰਡ ਕਰਾਂਗੇ ਸੋ ਦੋਨਾਂ ਦੀ ਪ੍ਰੋਬੈਬਿਲਟੀ ਨੂੰ ਪਲੱਸ ਕਰੋਗੇ ਤੇ ਤੁਹਾਨੂੰ ਕੁਆਂਸਰ ਕੀ ਆਏਗਾ 1 ਸੋ ਠੀਕ ਹੈ ਬੱਚੇ ਅੱਜ ਵਾਸਤੇ ਸਿਰਫ ਇੰਨਾ ਹੀ ਕਰਨਾ ਹੈ ਅ ਥੋੜਾ ਥੋੜਾ ਕੰਮ ਕਰਾਂਗੇ ਤੇ ਵਧੀਆ ਰਹੇਗਾ ਪੰਜ ਐਗਜ਼ਾਮਪਲ ਤੁਹਾਨੂੰ ਕਰਾਈਆਂ ਪੰਜ ਐਗਜ਼ਾਮਪਲਾਂ ਵਧੀਆ ਤਰੀਕੇ ਨਾਲ ਕਰੋ ਔਰ ਇਹਦੀ ਐਕਸਰਸਾਈਜ਼ ਜਿਹੜੀ ਹੈ ਇਹ ਕੋ ਐਕਚੁਅਲੀ 10 ਤੁਹਾਡਾ 10 ਐਗਜ਼ਾਮਪਲਸ ਨੇ ਟੋਟਲ ਪ੍ਰੋਬੈਬਿਲਟੀ ਦੇ ਹਨਾ ਸੋ 10 ਐਗਜ਼ਾਮਪਲਾਂ ਦੇ ਵਿੱਚੋਂ ਜਿਹੜੀ ਐਕਸਰਸਾਈਜ਼ ਸ਼ਾਇਦ ਇੱਕੋ ਹੀ ਹੋਏਗੀ हां इको एक्सरसाइज 15.1 ਜਿੰਨੀ ਤੁਹਾੜੇ ਕੋ ਹੋ ਸਕੇ ਉਹ ਕਰਨ ਦੀ ਕੋਸ਼ਿਸ਼ ਕਰਿਓ ਇਹ ਆਪਾਂ ਪਾਸੋ ਡਿਸਕਸ ਕਰਾਂਗੇ ਜਿਹੜੀ ਹੈ 15.1 ਕਿਉਂਕਿ ਅ ਪਰਸੋਂ ਨਹੀਂ ਆਪਾਂ ਕਰਾਂਗੇ ਟਿਊਜ਼ਡੇ ਕਿਉਂਕਿ ਕੱਲ ਤੁਹਾਡਾ ਐ ਸੈਟਰਡੇ ਕੱਲ ਸੰਡੇ ਹੈ ਇਸ ਕਰਕੇ ਕੱਲ ਛੁੱਟੀ ਹੈ ਤੇ ਸੋਵਾਰ ਅਸੀਂ ਇਹਦੇ ਅਗਲੇ 5 ਐਗਜ਼ੈਂਪਲਸ ਕਰਾਂਗੇ ਸੋ ਅੱਜ ਵਾਸਤੇ ਤੁਹਾਡੇ ਕੋ ਸਿਰਫ ਇੰਨਾ ਹੀ ਹੈ ਐਗਜ਼ੈਂਪਲ ਨੰਬਰ 5 ਤੱਕ ਤੁਸੀਂ ਇਹਨੂੰ ਚੰਗੀ ਤਰੀਕੇ ਨਾਲ ਕਾਪੀ ਤੇ ਕਰਨੀ ਸਾਰੇ ਐਗਜ਼ੈਂਪਲ ਕਾਪੀ ਤੇ ਕਰੋ ਔਰ ਇਹਦੇ ਰਿਲੇਟਡ ਜਿਹੜੇ ਕੁਐਸ਼ਨਸ ਤੁਹਾਨੂੰ ਲੱਗਦੇ ਨੇ ਤੁਸੀਂ ਕਰ ਸਕਦੇ ਹੋ ਤੇ ਉਹ ਕੁਐਸ਼ਨ ਵੀ ਤੁਸੀਂ ਕਰੋ ਕੁਐਸ਼ਨ ਦੇਖੋ ਔਰ ਮੈਂ ਤੁਹਾਨੂੰ ਆਈਡੀਆ ਦੇ ਦਿੰਦਾ ਵੈਸੇ ਤੁਹਾਡੇ ਕੋਲ ਫਰਸਟ 5 ਕੁਐਸ਼ਨ ਹੋ ਜਾਣੇ ਆ ਇਹਦੇ ਜਿਹੜੇ ਫਰਸਟ 5 ਕੁਐਸ਼ਨ ਨੇ ਐਕਸਰਸਾਈਜ਼ 15.1 ਦੇ ਅਗਰ ਕੋਈ ਕੁਐਸ਼ਨ ਨਹੀਂ ਹੋਏਗਾ ਕਿਉਂਕਿ ਡਿਸਕਸ ਆਪਾਂ ਸਾਰੇ ਕਰਨੇ ਆ ਬਾਅਦ ਵਿੱਚ ਸੋ 15.1 ਦੇ ਐਕਸਰਸਾਈਜ਼ ਜਿਹੜੀ ਹੈ ਉਹਦੇ ਤੁਸੀਂ 5 ਕੁਐਸ਼ਨ ਕਰ ਲਓ ਔਰ 5 ਐਗਜ਼ੈਂਪਲਸ ਕਰ ਲਓ ਬਾਕੀ ਮੰਡੇ ਨੂੰ ਦੇਖਦੇ ਆ ਥੈਂਕ ਯੂ ਵੈਰੀ ਮੱਚ